ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਗਿਲਜ਼ ਮੈਂਟਰ ਦੇ ਅਫੀਸ਼ੀਅਲ ਈ-ਲਰਨਿੰਗ ਪਲੇਟਫਾਰਮ ਤੇ। ਉਮੀਦ ਕਰ ਰਹੇ ਹਾਂ ਤੁਸੀਂ ਜਿੱਥੇ ਵੀ ਹੋਵੋਗੇ ਠੀਕ-ਠਾਕ ਹੋਵੋਗੇ। ਪਟਵਾਰੀ ਨੋਟੀਫਿਕੇਸ਼ਨ ਦੀ ਚਰਚਾ ਪੂਰੇ ਜ਼ੋਰਾਂ ਤੇ ਵਾਪਸ ਤੋਂ ਗਰਮਾ ਗਈ ਹੈ। ਜਿਵੇਂ ਸਿਆਸਤ ਕਿਸੇ ਨਾ ਕਿਸੇ ਲੀਡਰ ਦੀ ਵਜ੍ਹਾ ਨਾਲ ਗਰਮ ਹੋ ਜਾਂਦੀ ਹੈ। ਉਸੇ ਤਰੀਕੇ ਨਾਲ ਇਹ ਭਰਤੀ ਵੀ ਕਾਫੀ ਲੰਬੇ ਸਮੇਂ ਤੋਂ اٹਕੀ ਹੋਈ ਹੈ। ਅਖਬਾਰਾਂ ਦੇ ਪੰਨਿਆਂ ਤੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਫੇਸਬੁੱਕ ਜਾਂ ਫਰੈਂਡ ਇਸ ਤੋਂ ਇਲਾਵਾ WhatsApp ਯੂਨੀਵਰਸਿਟੀ ਦੇ ਵਿੱਚ ਇਹ ਚੀਜ਼ਾਂ ਵਾਇਰਲ ਹੁੰਦੀਆਂ ਕਿ ਭਰਤੀ ਇਹ ਹੈ ਉਹ ਹੈ ਇਸ ਤਰੀਕੇ ਨਾਲ ਉਸ ਤਰੀਕੇ ਨਾਲ ਹੈ ਬੜੇ ਹੀ ਦੰਪੇਚ ਵਿੱਚ ਇਹ ਭਰਤੀ ਫਸੀ ਹੋਈ ਸੀ ਪਤਾ ਨਹੀਂ ਕੀ ਇਹਨੂੰ ਗ੍ਰੈਂਡ ਲੱਗਿਆ ਸੀ ਇਸ ਪ੍ਰਤੀ ਨੂੰ ਇਹ ਜਨਵਰੀ ਤੋਂ سلسلہ ਸ਼ੁਰੂ ਹੋਇਆ ਬਹੁਤ ਸਾਰੇ ਬੱਚਿਆਂ ਨੇ ਦੋ ਦੋ ਵਾਰ ਤਿਆਰੀ ਕਰਕੇ ਵੀ ਬੈਠ ਗਏ ਨੇ ਪਰ ਇਸ ਵਾਰ ਐਸਾ ਨਹੀਂ ਹੈ ਉਹ ਟਾਈਮ ਆ ਗਿਆ ਹੈ ਕਿ ਹੁਣ ਤਾਂ ਇਸ ਨੂੰ ਆਊਟ ਹੋਣਾ ਹੀ ਪਏਗਾ ਔਰ ਡਿਪਾਰਟਮੈਂਟ ਵੱਲੋਂ ਆਊਟ ਕਰਨੀ ਹੀ ਪਏਗੀ ਕਰ ਬੈਠੇ ਕਰੋ ਤਿਆਰੀ ਮਿਸ਼ਨ ਦੇ ਵਿੱਚ ਅੱਜ ਮੈਂ ਤੁਹਾਡੇ ਲਈ ਬੜੀ ਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਆਇਆ ਹਾਂ ਔਰ ਪ੍ਰੋਪਰ ਦੱਸਾਂਗਾ ਕਿ ਪ੍ਰਤੀਕਤ ਤੱਕ ਆ ਰਹੀ ਹੈ ਇਸ ਭਰਤੀ ਦੇ ਵਿੱਚ ਕੀ ਕੁਝ ਫੇਰ ਬਦਲ ਹੋਇਆ ਹੈ ਜਿਵੇਂ ਤੁਹਾਨੂੰ ਪਤਾ ਹੈ ਗਿਲਜ ਮੈਂਟਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਟਰੂ ਔਰ ਇੱਕਦਮ ਫੈਕਚੁਅਲ ਨਿਊਜ਼ ਲੈ ਕੇ ਪਹੁੰਚਦਾ ਹੈ ਤਾਂ ਪਿਆਰੇ ਸਾਥੀਓ ਮੈਂ ਤੁਹਾਨੂੰ ਉਹ ਹੀ ਜਾਣਕਾਰੀ ਦੱਸਾਂਗਾ ਜਿਹੜੀ ਜਾਣਕਾਰੀ ਫਿਲਹਾਲ ਦੀ ਅਖਬਾਰਾਂ ਵਿੱਚ ਹੈ ਔਰ ਫਿਲਹਾਲ ਦੀਆਂ ਸੁਰਖੀਆਂ ਵਿੱਚ ਹੈ ਔਰ ਇਹ ਜਾਣਕਾਰੀ ਕਿਸੇ ਸਿਆਸੀ ਲੀਡਰ ਜਾਂ ਕਿਸੇ ਕੈਬਨਿਟ ਨੇ ਜਾਂ ਸੀਐਮ ਸਾਹਿਬ ਨੇ ਜਾਂ ਕਿਸੇ ਹੋਰ ਨੇ ਨਹੀਂ ਕਹੀ ਬਲਕਿ ਇਹ ਜਾਣਕਾਰੀ ਬੜੀ ਹੀ ਮਹੱਤਵਪੂਰਨ ਹੈ ਕਿਉਂਕਿ ਇਹ ਡਿਪਾਰਟਮੈਂਟਲ ਦੁਆਰਾ ਜਾਰੀ ਕੀਤੀ ਗਈ ਸੂਚਨਾ ਹੈ ਇਸ ਤੋਂ ਇਲਾਵਾ ਸਾਨੂੰ ਕਿ ਬਿਲਕੁਲ ਅੱਖਾਂ ਤੇ ਹੱਥ ਧਰ ਕੇ ਬੈਠ ਜਾਣਾ ਚਾਹੀਦਾ ਕਿ ਨਹੀਂ ਛੱਡੋ ਯਾਰ ਭਰਤੀ ਤਾਂ ਨਹੀਂ ਆ ਰਹੀ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਸਾਡਾ ਇਦਾਂ ਕਰਨ ਨਾਲ ਕਿ ਵਾਕਿ ਹੀ ਅਸੀਂ ਪੰਜਾਬ ਦੇ ਉਹ ਅਫੀਸਰ ਹਾਂ ਕਿ ਜਿਹੜੇ ਇਸ ਪੰਜਾਬ ਦੀ ਬਾਗਡੋਰ ਨੂੰ ਆਪਣੇ ਕੰਧਿਆਂ ਤੇ ਲੈ ਕੇ ਯਾ ਸਾਡੇ ਪੰਜਾਬੀ ਸਾਡੇ ਕੰਧਿਆਂ ਤੇ ਸਾਨੂੰ ਐਜ ਅਫੀਸਰ ਦੀ ਜ਼ਿੰਮੇਵਾਰੀ ਦੇ ਕੇ ਬਿਠਾ ਦੇਣ ਸਾਨੂੰ ਸਾਡੇ ਅੰਦਰ ਝਾਤੀ ਮਾਰਨ ਦੀ ਲੋੜ ਪਏਗੀ ਪਟਵਾਰੀ ਨੋਟੀਫਿਕੇਸ਼ਨ ਦੀ ਜ਼ਿਕਰ ਕਰੀਏ ਤਾਂ ਕੱਲ ਇੱਕ ਅਹਿਮ ਬੈਠਕ ਹੋਈ ਸੀਗੀ ਔਰ ਇਹ ਬੈਠਕ ਹੋਈ ਸੀ ਸਿਰਫ ਔਰ ਸਿਰਫ ਚੈਨਿਤ ਮੈਂਬਰ ਦੇ ਦੁਆਰਾ ਯਾਨੀ ਚੇਅਰਮੈਨ ਦੇ ਅੰਦਰ ਜੋ ਸਿਲੈਕਸ਼ਨ ਕਮੇਟੀ ਦੇ ਮੈਂਬਰ ਹੁੰਦੇ ਆ ਪੀ ਟ੍ਰਿਪਲ ਐਸ ਬੀ ਦੇ ਉਹਨਾਂ ਦੀ ਮੀਟਿੰਗ ਹੋਈ ਹੈ ਔਰ ਉਸ ਮੀਟਿੰਗ ਵਿੱਚ ਇਹ ਫੈਸਲਾ ਹੋ ਗਿਆ ਹੈ ਮੈਂ ਸੋ ਪਹਿਲਾਂ ਮੇਰੀ ਗੱਲ ਇਹ ਦੱਸਣਾ ਚਾਹਾਂਗਾ ਕਿ ਭਰਤੀ ਦੇ ਤਿੰਨ ਦਾਮਪੇਚ ਫਸੇ ਹੋਏ ਸੀ ਸਭ ਤੋਂ ਪਹਿਲਾਂ ਭਰਤੀ ਦੇ ਵਿੱਚ ਡਿਪਾਰਟਮੈਂਟਲ ਨਹਿਰੀ ਤੇ ਮਾਲੀ ਪਟਵਾਰੀਆਂ ਦਾ ਕੇਸ ਸੀ ਜੋ ਕਿ ਪਹਿਲਾਂ ਦੀਆਂ ਭਰਤੀ ਸੀ ਜਿਸ ਦੇ ਵਿੱਚ ਉਹਨਾਂ ਦੀ ਟ੍ਰੇਨਿੰਗ ਪੀਰੀਅਡ ਨੂੰ ਕਨਸੀਡਰ ਨਹੀਂ ਕੀਤਾ ਜਾ ਰਿਹਾ ਸੀਗਾ ਪਲੱਸ ਸੈਲਰੀ ਦਾ ਬੜਾ ਝੰਜਟ ਸੀਗਾ ਇਹ ਸਾਰੇ ਸਮਾਧਾਨ ਹੋ ਗਏ ਸਭ ਤੋਂ ਗੁੱਡ ਨਿਊਜ਼ ਹੈ ਕਿ ਸਾਨੂੰ 3 ਸਾਲ ਟ੍ਰੇਨਿੰਗ ਪੀਰੀਅਡ ਨਹੀਂ ਕੱਟਣੀ ਪਵੇਗੀ ਸਿਰਫ 8 ਮਹੀਨੇ ਦੀ ਟ੍ਰੇਨਿੰਗ ਪੀਰੀਅਡ ਹੋਏਗੀ ਤੇ ਇਹਦੇ ਨਾਲ ਨਾਲ ਸਾਡੀ ਸੈਲਰੀ ਵੀ ਅੱਛੀ ਹੋਏਗੀ ਪਲੱਸ ਇਹਦੇ ਨਾਲ ਨਾਲ ਇੱਕ ਜਾਣਕਾਰੀ ਹੋਰ ਵੀ ਦੇ ਦਿੱਤੀ ਗਈ ਹੈ ਕਿ ਜਿਹੜਾ ਫਾਈਨੈਂਸ ਸਕੱਤਰਰੀ ਦੁਆਰਾ ਨਵੇਂ ਪੇ ਸਕੇਲ ਤੇ ਇਹਨੂੰ ਮਨਜ਼ੂਰੀ ਦੇ ਦਿੱਤੀ ਹੈ ਫਿਲਹਾਲ ਕੱਲ੍ਹ ਦੀ ਇੱਕ ਅਹਿਮ ਮੀਟਿੰਗ ਹੁੰਦੀ ਹੈ ਔਰ ਇਸ ਮੀਟਿੰਗ ਵਿੱਚ 1090 ਭਰਤੀਆਂ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਹਰੀ ਝੰਡੀ ਦੇ ਦਿੱਤੀ ਹੈ ਇਹਦਾ ਮਤਲਬ ਕੱਲ੍ਹ ਜੋ ਕਿ ਅਸੀਂ ਇੰਟਰਨਲ ਜਾਣਕਾਰੀ ਪੁੱਛੀ ਹੈ ਤਾਂ ਸਾਨੂੰ ਇਹੋ ਜਾਣਕਾਰੀ ਮਿਲੀ ਹੈ ਕਿ ਫਸਟ ਵੀਕ ਆਫ ਅਕਟੂਬਰ ਫਸਟ ਵੀਕ ਯਾਨੀ ਕਹਿੰਦੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਪਟਾਕੇ ਫੁੱਟ ਜਾਣਗੇ ਹੋਣ ਇਹ ਸਾਨੂੰ ਜਾਣਕਾਰੀ ਮਿਲੀ ਹੈ ਜੋ ਤੁਹਾਡੇ ਤੱਕ ਮੈਂ ਸਾਂਝੀ ਕਰਤੀ ਹੈ ਸਾਥੀਓ ਜਿੰਨੇ ਵੀ ਪ੍ਰੈਪਰੇਸ਼ਨ ਕਰ ਰਹੇ ਆ ਬਿਲਕੁਲ ਵੀ ਬੁਰਾ ਨਹੀਂ ਮੰਨਣਾ ਤੁਹਾਡੇ ਚੋਂ ਉਹ ਇਨਸਾਨ ਅੱਗੇ ਨਿਕਲਣਗੇ ਜੋ ਇਨਸਾਨ ਸਿਰਫ ਅੱਗੇ ਪਿੱਛੇ ਦੀਆਂ ਗੱਲਾਂ ਛੱਡ ਕੇ ਸਿਰਫ ਔਰ ਸਿਰਫ ਆਪਣੇ ਪੇਪਰ ਤੇ ਫੋਕਸ ਕਰਕੇ ਬੈਠੇ ਆ ਔਰ ਤੁਹਾ ਜੋ ਬਹੁਤ ਸਾਰੇ ਬੱਚੇ ਐਸੇ ਨੇ ਜਿਹੜੇ ਗਿਆਨ ਬਹੁਤ ਦਿੰਦੇ ਨੇ ਪਰੰਤੂ ਉਹਨਾਂ ਦਾ ਧਿਆਨ ਨਹੀਂ ਹੈ ਕਿ ਹਜੇ ਉਹਨਾਂ ਨੇ ਇਹੋ ਕਹਿਣਾ ਕਿ ਸਰ 2021 ਚ ਭਰਤੀ ਆਏਗੀ ਤੁਸੀਂ 2021 ਦੇ ਹਿਸਾਬ ਨਾਲ ਤਿਆਰੀ ਕਰੋ ਪਰ ਜੋ ਸੀਰੀਅਸ ਕੈਂਡੀਡੇਟ ਹੈ ਜਿਸ ਨੇ ਪਿੱਛੇ ਹੋਪ ਛੱਡਤੀ ਸੀ ਪਲੀਜ਼ ਖੜੇ ਹੋ ਜਾਓ ਬਿਲਕੁਲ ਵੀ ਸੋਣਾ ਨਹੀਂ ਹੈ ਇਹ ਜਾਣਕਾਰੀ ਦਿੰਦਿਆ ਹੋਇਆ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਇਹ ਦੱਸਿਆ ਹੈ ਕਿ ਜਲਦ ਹੀ ਇਸ਼ਤਿਆਰ ਜਾਰੀ ਕਰਕੇ ਉਮੀਦਵਾਰਾਂ ਵੱਲੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਏਗੀ ਉਹਨਾਂ ਨੇ ਪਟਵਾਰੀਆਂ ਦੀ ਇਸ ਨੂੰ ਪਰਤੀ ਦੇ ਸਬੰਧ ਵਿੱਚ ਇਹ ਵੀ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇੱਕ ਅੱਛੇ ਉਮੀਦਵਾਰ ਆਪਣੇ ਲਿਖਤੀ ਪੇਪਰ ਦੀ ਤਿਆਰੀ ਕਰਨ ਜਿਸ ਕਰਕੇ ਸੂਬੇ ਦੀ ਬਾਗਡੋਰ ਸਮਾਲ ਸਕਣ ਔਰ ਆਪਣੇ ਟੈਸਟ ਨੂੰ ਪਾਸ ਕਰ ਸਕਣ ਦੇਖੋ ਟੈਸਟ ਨੂੰ ਅਗਰ ਆਪਾਂ ਤਿਆਰੀ ਕਰਾਂਗੇ ਤਾਂ ਇਹਦੇ ਨਾਲ ਨਾਲ ਸਾਨੂੰ ਕਿਹਦੀ ਤਿਆਰੀ ਹੋ ਜੇਗੀ ਆਲਮੋਸਟ 440 ਅਸਾਮੀਆਂ ਕਿਧੀਆਂ ਨੇ ਡਰਾਫਟਸ ਮੈਂਦੀਆਂ ਨੇ ਔਰ 35 ਅਸਾਮੀਆਂ ਕਲੀਅਰ ਕਨਫਰਮ ਹੋ ਗਿਆ ਹੈ ਜੇਲ ਸੁਪਰੀਡੈਂਡੈਂਟ ਦੀਆਂ ਨੇ ਤਾਂ ਪਿਆਰੇ ਸਾਥੀਓ ਬਿਲਕੁਲ ਵੀ ਸੋਣਾ ਨਹੀਂ ਹੈ ਜਿਵੇਂ ਤੁਸੀਂ ਕੱਲ ਅਗਰ ਨੋਟੀਫਿਕੇਸ਼ਨ ਦੇਖਿਆ ਸੀਗਾ ਕਿ ਨੋਟੀਫਿਕੇਸ਼ਨ ਕੋਆਪਰੇਟਿਵ ਬੈਂਕਸ ਦੇ ਥਰੂ ਜੋ ਆਊਟ ਕੀਤਾ ਗਿਆ ਸੀਗਾ ਬਹੁਤ ਸਾਰੇ ਸੋਚ ਰਹੇ ਸੀਗੇ ਕਿ ਨਈ ਨਈ ਜੇ ਤਾਂ ਪੋਸਟਪੋਨ ਹੋ ਗਈ ਪੋਸਟਪੋਨ ਨਹੀਂ ਹੋਈ ਹੈ ਰਜਿਸਟ੍ਰੇਸ਼ਨ ਪ੍ਰੋਸੈਸ ਡਿਲੇ ਹੈ ਇਟ ਮੇ ਬੀ ਆਊਟ ਵਿਦੀਨ ਅ ਵੀਕ ਔਰ ਵਿਦੀਨ ਅ ਟੂ ਵੀਕ ਠੀਕ ਹੈ ਤਾਂ ਤੁਹਾਨੂੰ ਮਿਲ ਜਾਏਗਾ ਸੋ ਥੈਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਟਰੂ ਨਿਊਜ਼ ਲੈ ਕੇ ਪਹੁੰਚਾਂਗੇ ਤਾਂ ਪਟਵਾਰੀ ਦੀ ਭਰਤੀ ਦੇ ਸਬੰਧ ਵਿੱਚ ਵੱਡੀ ਜਾਣਕਾਰੀ ਪਲੱਸ 444 ਅਸਾਮੀਆਂ ਡਰਾਫਟਸਮੈਨ ਦੀਆਂ ਔਰ 35 ਅਸਾਮੀਆਂ ਜੇਲ ਸੁਪਰੀਡੈਂਟ ਦੀਆਂ ਨੇ ਹੁਣ ਤੁਹਾਡੇ ਚੋਂ ਉਹ ਅੱਗੇ ਨਿਕਲੇਗਾ ਜਿਹੜਾ ਮਿਹਨਤ ਕਰੇਗਾ ਤੁਹਾਡੇ ਸਾਹਮਣੇ ਹੈ ਮੈਦਾਨ ਖੁੱਲਾ ਹੈ ਭੱਜਣਾ ਤੁਸੀਂ ਦੌੜਨਾ ਤੁਸੀਂ ਐ ਸੋ ਦੈਟ ਡੂ ਨੋਟ ਡਿਲੇਟ ਠੀਕ ਹੈ ਔਰ ਅੱਜ ਹੀ ਲੱਗੋ ਆਪਣੀ ਇਸਤਿਆਰੀ ਦੇ ਵਿੱਚ ਔਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਟਰੂ ਜਾਣਕਾਰੀ ਲੈ ਕੇ ਵੀ ਪਹੁੰਚ ਜਾਵਾਂਗੇ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਕੋਈ ਸਪੈਸ਼ਲ ਕੋਰਸ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਗਿਲਜ਼ਮੈਂਟ ਔਰ ਪਲੇਟਫਾਰਮ ਨੂੰ ਫੋਲੋ ਕਰੋ ਉੱਥੇ ਤੁਹਾਨੂੰ ਸਾਰੀ ਜਾਣਕਾਰੀ ਪਰਪਰੰਤੂ ਯਾਨ ਰੱਖਣਾ ਹੈ ਕਿ ਸਾਡੀ ਐਪ ਇੰਸਟਾਲ ਕਰਕੇ ਵੀ ਤੁਸੀਂ ਲੈ ਸਕਦੇ ਹੋ ਧੰਨਵਾਦ ਮਿਲਦੇ ਹਾਂ ਫਿਰ ਆਪਾਂ ਨੈਕਸਟ ਬ੍ਰੇਕਿੰਗ ਨਿਊਜ਼ ਤਦ ਤੱਕ ਆਪਣਾ ਖਿਆਲ ਰੱਖੋ ਟੇਕ ਕੇਅਰ ਬਾਏ ਬਾਏ